केपीडी न्यूज, हक सच और इंसाफ की आवाज। ਜਲੰਧਰ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਤਨਖਾਹ ਵਿੱਚ ਦੇਰੀ, ਵਿਜੀਲੈਂਸ ਜਾਂਚ ਅਤੇ ਅਫਸਰਾਂ ਦੀ ਸਸਪੈਂਸ਼ਨ ਨੂੰ ਲੈ ਕੇ ਅੱਧੇ ਦਿਨ ਦੀ ਹੜਤਾਲ ਅੱਜ ਵੀ ਜਾਰੀ ਰਹੀ। ਮੁਲਾਜ਼ਮਾਂ ਨੇ ਕਿਹਾ ਕਿ ਪਿਛਲੇ ਬੁੱਧਵਾਰ ਨੂੰ ਅਸੀਂ ਇੱਕ ਮੈਮੋਰੈਂਡਮ ਦੇ ਕੇ ਮੰਗ ਕੀਤੀ ਸੀ ਕਿ ਬੀਤੇ ਦਿਨ ਹੀ ਸਸਪੈਂਡ ਕੀਤੇ ਮੁਲਾਜ਼ਮਾਂ ਨੂੰ ਇਨਕੁਆਇਰੀ ਬੇਸ 'ਤੇ ਬਹਾਲ ਕੀਤਾ ਜਾਵੇ ਅਤੇ ਜਾਂਚ ਲੋਕਲ ਵਿਜੀਲੈਂਸ ਤੋਂ ਕਰਵਾਈ ਜਾਵੇ ਅਤੇ ਜੇਕਰ ਜਾਂਚ ਵਿੱਚ ਕੁਝ ਲੱਗਦਾ ਹੈ ਤਾਂ ਫਿਰ ਸਟੇਟ ਲੈਵਲ 'ਤੇ ਵਿਜੀਲੈਂਸ ਦੀ ਜਾਂਚ ਹੋਵੇ। ਇਸ ਤੋਂ ਇਲਾਵਾ ਸਾਡੀਆਂ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ ਆਦਿ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਪਰ ਅਜੇ ਤੱਕ ਉਸ 'ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਹੈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੇਅਰ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਕੱਲ੍ਹ ਉਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਿਲੇ ਸਨ ਅਤੇ ਉਹਨਾਂ ਦੀਆਂ ਮੰਗਾਂ ਸੰਬੰਧੀ ਕੈਪਟਨ ਸਾਹਿਬ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਪਾਸੇ ਕੋਈ ਠੋਸ ਕਦਮ ਚੁੱਕੇ ਜਾਣਗੇ। ਤਨਖਾਹ ਬਾਰੇ ਉਹਨਾਂ ਆਸ਼ਵਾਸਨ ਦਿੱਤਾ ਕਿ ਉਹ ਕੋਸ਼ਿਸ਼ ਕਰਨਗੇ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਅੱਗੇ ਤੋਂ ਸਮੇਂ ਸਿਰ ਮਿਲ ਜਾਣ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਉਹਨਾਂ ਦੀਆਂ ਮੰਗਾਂ 'ਤੇ ਕੋਈ ਹਾਂ ਪੱਕੀ ਫੈਸਲਾ ਨਾ ਲਿਆ ਗਿਆ ਤਾਂ ਉਹ ਪੂਰੇ ਸ਼ਹਿਰ ਦੀਆਂ ਯੂਨੀਅਨ ਨੂੰ ਨਾਲ ਲੈ ਕੇ ਵੱਡੇ ਪੱਧਰ 'ਤੇ ਹੜਤਾਲ ਕਰਨਗੇ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਸਰ, ਅੱਜ ਦੇ ਧਰਨੇ ਬਾਰੇ ਦੱਸ ਦਿਓ। ਆਪਣਾ ਧਰਨਾ ਜਿੱਦਾਂ ਪਿਛਲੇ ਬੁੱਧਵਾਰ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀ, ਜਿਹੜੀ ਆਪਣੀਆਂ ਮੰਗਾਂ ਮੰਗੀਆਂ ਸੀ ਸਰਕਾਰ ਤੋਂ ਕਿ ਜਿਹੜੇ ਸਾਡੇ ਬੰਦੇ ਨੂੰ ਸਸਪੈਂਡ ਕੀਤੇ ਆ ਇਹਨਾਂ ਨੂੰ ਇਨਕੁਆਇਰੀ ਬੇਸ 'ਤੇ ਬਹਾਲ ਕੀਤਾ ਜਾਵੇ, ਅਤੇ ਦੂਜਾ ਸਾਡੀ ਤਨਖਾਹ ਦਾ ਮੈਟਰ ਸੀ, ਅਤੇ ਤੀਜਾ ਸਟੇਟ ਬਿਜ਼ਨਸ ਨੂੰ ਜਿਹੜੀ ਇਨਕੁਆਇਰੀ ਇਹਨਾਂ ਨੇ ਮਾਰਕ ਕੀਤੀ ਹੋਈ ਹੈ, ਅਤੇ ਸਾਡੀ ਆਪਣੀ ਲੋਕਲ ਬਾਡੀ ਦੀ ਬਿਜ਼ਨਸ ਹੈਗੀ ਆ, ਪਹਿਲਾਂ ਇਨਕੁਆਇਰੀ ਉਹਨਾਂ ਕੋਲੋਂ ਕਰਵਾ ਕੇ ਅਗਰ ਕੋਈ ਡਿਫਾਲਟਰ ਨਿਕਲਦਾ ਤਾਂ ਉਹਦੀ ਇਨਕੁਆਇਰੀ ਜਿੱਥੇ ਮਰਜ਼ੀ ਕਰਵਾ ਸਕਦੇ। ਸਾਡੀਆਂ ਮੰਗਾਂ ਸੀਗੀਆਂ, ਅਤੇ ਅੱਜ ਅਸੀਂ ਮੇਅਰ ਸਾਹਿਬ ਸਾਨੂੰ ਦੱਸਿਆ ਸੀ ਜਿੱਦਾਂ ਕੱਲ੍ਹ ਚੰਡੀਗੜ੍ਹ ਗਏ ਸੀਗੇ ਉਹਨਾਂ ਦੀ ਕੈਪਟਨ ਸਾਹਿਬ ਦੇ ਨਾਲ, ਸ਼ਹਿਰ ਦੇ ਵਿਧਾਇਕਾਂ ਦੇ ਨਾਲ ਅਤੇ MP ਸਾਹਿਬ ਸਾਡੇ ਲੋਕਲ ਹੈਗੇ ਜਿਹੜੇ ਉਹਨਾਂ ਦੇ ਨਾਲ ਮੀਟਿੰਗ ਹੋਈ ਉਹਨਾਂ ਦੀ ਕੈਪਟਨ ਸਾਹਿਬ ਦੇ ਨਾਲ, ਅਤੇ ਮੇਅਰ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਲਾਇਆ ਕਿ ਉੱਥੇ ਉਹਨਾਂ ਨੇ ਡਿਸੀਜ਼ਨ ਜਿਹੜਾ ਲਿੱਤਾ ਹੈ ਕਿ ਜਿਹੜੀ ਬਿਜ਼ਨਸ ਇਨਕੁਆਇਰੀ ਹੈ, ਸਟੇਟ ਬਿਜ਼ਨਸ ਇਨਕੁਆਇਰੀ ਕਰਵਾ ਦਿੱਤੀ ਹੈ, ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਜਿੱਤ ਉਹ ਹਾਸਲ ਕਰਕੇ ਲਿਆਏ ਆ ਉੱਥੇ ਚੰਡੀਗੜ੍ਹ ਤੋਂ, ਅਤੇ ਦੂਜਾ ਉਹਨਾਂ ਨਾਲ ਹੀ ਸਾਨੂੰ ਆਸ਼ਵਾਸਨ ਦਿੱਤਾ ਕਿ ਜਿਹੜੀ ਸਾਡੀ ਸੈਲਰੀ ਹੈ ਉਹ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਇਨ ਟਾਈਮ ਰਿਲੀਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਦੇ ਵਾਸਤੇ ਮੇਅਰ ਸਾਹਿਬ ਕਹਿ ਰਹੇ ਸੀ ਜੇ ਮੈਨੂੰ ਕੋਸ਼ਿਸ਼ ਹੋਈ ਤਾਂ ਮੈਂ ਅੱਜ ਜਾਊਂਗਾ, ਨਹੀਂ ਤਾਂ ਮੈਂ ਸੋਮਵਾਰ ਤੱਕ ਕਿਸੇ ਤਰ੍ਹਾਂ ਤਨਖਾਹ ਲੈ ਕੇ ਆਊਂਗਾ। ਜਿਹੜਾ ਧਰਨਾ ਪ੍ਰਦਰਸ਼ਨ ਤੁਹਾਡਾ ਕਿੰਨੀ ਦੇਰ 'ਚ ਚੱਲੇਗਾ? ਜਦ ਤੱਕ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨ ਲਿੱਤੀਆਂ ਜਾਂਦੀਆਂ ਸਭ ਤੱਕ ਸਾਡਾ ਇਹ ਪ੍ਰਦਰਸ਼ਨ ਚੱਲਦਾ ਰਹੇਗਾ। ਬਾਈ ਚਾਂਸ ਨਾ ਮੰਗਾਂ ਮੰਨੇਗਾ, ਨੈਕਸਟ ਸਟੈਪ ਕੀ ਹੋਊਗਾ ਤੁਹਾਡਾ? ਨੈਕਸਟ ਸਟੈਪ ਸ਼ਹਿਰ ਦੇ ਵਿੱਚ ਸੋਮਵਾਰ ਤੋਂ ਬਾਅਦ ਸਾਡਾ ਇਹ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਪਹਿਲਾਂ ਅਸੀਂ ਪਹਿਲੇ ਹਾਫ ਬੰਦ ਕੀਤਾ ਹੋਇਆ, ਇਹ ਪ੍ਰਦਰਸ਼ਨ ਹੋਰ ਅੱਗੇ ਵਧਾਵਾਂਗੇ, ਇਹ ਰੁਦਰ ਰੂਪ ਹੋਰ ਲਏਗਾ ਜਿਹਦੇ ਵਿੱਚ ਬਾਕੀ ਵੱਖ ਵੱਖ ਯੂਨੀਅਨ ਸਾਡੇ ਨਾਲ ਇਹਦੇ ਵਿੱਚ ਹੋਰ ਆ ਕੇ ਜੁੜਨਗੀਆਂ, ਚਾਹੇ ਉਹ ਟਰੈਕ ਡਰਾਈਵਰ ਯੂਨੀਅਨ ਹੈ, ਚਾਹੇ ਉਹ ਸੀਵਰਮੈਨ ਯੂਨੀਅਨ ਹੈ, ਸਫਾਈ ਸੇਵ ਯੂਨੀਅਨ ਹੈ, ਇਹ ਹੌਲੀ ਹੌਲੀ ਸਾਡੇ ਨਾਲ ਫਿਰ ਸਾਰੇ ਆ ਕੇ ਜੁੜਨਗੇ। ਇਹ ਜਿਹੜੇ ਧਰਨੇ ਵਿੱਚ ਕਾਰਪੋਰੇਸ਼ਨ ਕਿਹੜੀ ਕਿਹੜੀ ਯੂਨੀਅਨ ਹੈ ਆਪਣੇ? ਇਸ ਟਾਈਮ ਸਾਰੇ ਜਿਹੜੀ ਮਿਨਿਸਟਰ ਸਟਾਫ ਯੂਨੀਅਨ ਹੈ ਅਤੇ SCBC ਯੂਨੀਅਨ ਹੈ, ਇਹ ਸਾਡੀ ਸਾਰੀ ਇੱਥੇ ਬੈਠੀ ਹੈ। ਕੀ ਮੰਗਾਂ, ਕੀ ਫੈਸਲਾ ਹੋਇਆ? ਇਹਨਾਂ ਦਾ ਧਰਨਾ ਹੋਇਆ ਆਪਣੇ ਜਿਹੜਾ ਇਹਨਾਂ ਦਾ ਹੱਕ ਹੈ ਕਿ ਇਹਨਾਂ ਮੰਥਲੀ ਟਾਈਮ 'ਤੇ ਸੈਲਰੀ ਮਿਲਣੀ ਚਾਹੀਦੀ ਹੈ, ਜਿਹੜੀ ਕਿ ਸਾਨੂੰ ਸਮੱਸਿਆ ਆ ਰਹੀ ਹੈ। ਸਾਡਾ ਬੰਦਾ ਹੱਕ ਜਿਹੜਾ GST ਜਿਹੜਾ ਹੈ ਉਹ GST ਸੈਂਟਰਲ ਗਵਰਨਮੈਂਟ ਤੋਂ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਲੇਟ ਆ ਰਿਹਾ। ਉਹ ਲੇਟ ਹੋਣ ਕਰਕੇ ਸਾਡੇ ਪੰਜਾਬ ਵਾਲਿਆਂ ਕੋਲੋਂ ਵੀ ਕਿਸੇ ਲੇਟ ਹੋ ਜਾਂਦਾ, ਲੇਟ ਹੋਣ ਕਰਕੇ ਸਾਡੀ 1 ਮਹੀਨਾ ਸੈਲਰੀ ਲੇਟ ਚੱਲ ਰਹੀ ਹੈ। ਔਰ ਇਹਨਾਂ ਦੀਆਂ ਮੁਸ਼ਕਲਾਂ ਇਹ ਹੈਗੀਆਂ ਕਿ ਇਹਨਾਂ ਨੇ ਕਿਉਂਕਿ ਕਰਾਸ ਪੋਰਟ ਦੇ ਸਵੀਪਰ ਵੀ ਨੇ, ਬੇਲਦਰ ਵੀ ਨੇ, ਇਹਨਾਂ ਨੇ ਲੋਨ ਕਿਸੇ ਵਜ੍ਹਾ ਕੇ ਲਏ ਹੁੰਦੇ ਨੇ ਬੈਂਕਾਂ ਤੋਂ ਬੱਚਿਆਂ ਦੀ ਪੜ੍ਹਾਈ ਵਾਸਤੇ, ਕੋਈ ਮਾਂ ਬਾਪ ਦੀ ਬਿਮਾਰੀ ਵਾਸਤੇ, ਜਿਹੜਾ ਟਾਈਮ 'ਤੇ ਨਾ ਦੇ ਸਕਣ 'ਚ ਜਿਹੜੇ ਬੈਂਕ ਵਾਲੇ ਆ ਉਹ ਡਿਫਾਲਟਰ ਕਰ ਦਿੰਦੇ ਨੇ। ਡਿਫਾਲਟਰ ਹੋਣ ਤੋਂ ਬਾਅਦ ਰਿਵਾਈਵ ਕਰਨ ਵਾਸਤੇ ਪੈਨਲਟੀ ਪੈਂਦੀ ਆ। ਇਸ ਵਾਸਤੇ ਇਹ ਇਹਨਾਂ ਦੀ ਮੰਗ ਮੈਂ ਜਾਇਜ਼ ਸਮਝਦਾ,
ਅਤੇ ਮੈਂ ਸਰਕਾਰ ਨਾਲ ਕੱਲ੍ਹ ਸੀ ਐੱਮ ਸਾਹਿਬ ਨਾਲ ਗੱਲ ਕਰਕੇ ਆਇਆ ਸੀ, ਮੇਰੇ ਨਾਲ ਨਾਲ ਜਿਹੜੇ ਪਾਰਲੀਮੈਂਟ ਮੈਂਬਰ ਸੰਤੋਖ ਸਿੰਘ ਸੀਗੇ, ਨਾਲੇ ਚਾਰੇ ਮੇਰੇ ਐੱਮ ਐੱਲ ਏ ਸੁਸ਼ੀਲ ਰਿੰਕੂ ਬਾਬਾ ਹੈਮੀ ਜੀ ਭਗਤ ਸਿੰਘ ਜੀ ਜਿੰਦਰ ਬਿਰੀ ਸੀਗੇ, ਅਤੇ ਉਹ ਕਹਿੰਦੇ ਮੈਂ ਜਲਦੀ ਇਹਦਾ ਸਮਾਧਾਨ ਕਰ ਦਾਂਗਾ, ਜਲਦੀ ਤੋਂ ਲੈਵਲ ਤਨਖਾਹ ਮਿਲਣੀ ਹੋ ਜਾਏਗੀ, ਸ਼ੁਰੂ ਹੋ ਜਾਏਗੀ। ਇਹਨਾਂ ਦੀ ਮੰਗ ਜਾਇਜ਼ ਆ। ਦੂਸਰੀ ਇਹਨਾਂ ਦੀ ਮੰਗ ਜਿਹੜੀ ਸੀ ਕਿ ਜਿਹੜੇ ਸਾਡੇ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਉਹਨਾਂ ਬਹਾਲ ਕੀਤਾ ਜਾਵੇ, ਅਤੇ ਤੀਸਰੀ ਗੱਲ ਸੀ ਕਿ ਕਹਿੰਦੇ ਜਿਹੜੀ ਵਿਜੀਲੈਂਸ ਸਟੇਟ ਵਿਜੀਲੈਂਸ ਇਨਕੁਆਇਰੀ ਹੋ ਰਹੀ ਹੈ ਉਹ ਸਟੇਟ ਵਿਜੀਲੈਂਸ ਦੀ ਬਜਾਏ ਸਾਡੇ ਵਿਜੀਲੈਂਸ ਜਿਹੜੀ ਲੋਕਲ ਬੜੀ ਵਿਜੀਲੈਂਸ ਕੋਲ ਹੋਣੀ ਚਾਹੀਦੀ ਆ। ਉਹ ਸੀ ਐੱਮ ਸਾਹਿਬ ਨੇ ਚੌਧਰੀ ਸੰਤੋਖ ਸਿੰਘ ਪਾਰਲੀਮੈਂਟ ਮੈਂਬਰ ਦਾ ਕਹਿਣਾ ਮੰਨ ਲਿਆ, ਉਹਦੀ ਉਹਨਾਂ ਨੇ ਵਿਜੀਲੈਂਸ ਜਾਂਚ ਰੁਕਵਾ ਦਿੱਤੀ ਗਈ ਆ, ਅਤੇ ਉਹਦੀ ਜਿਹੜੀ ਜਾਂਚ ਹੈ ਉਹ ਸਾਡੇ ਡਿਪਾਰਟਮੈਂਟ ਲੋਕਲ ਗਵਰਨਮੈਂਟ ਲੈਵਲ 'ਤੇ ਹੋਏਗੀ, ਅਤੇ ਜਿਹੜੀ ਡੈਮੋਲੇਸ਼ਨ ਬਿਲਡਿੰਗਾਂ ਢਾਣ ਦੀ ਜਿਹੜੀ ਕਾਰਵਾਈ ਹੈ ਉਹ ਵੀ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ, ਕਿਉਂਕਿ ਜਿਹੜੀ ਬਿਲਡਿੰਗ ਕੰਪਾਊਂਡੇਬਲ ਹੈ ਜਿਹਦਾ ਰਾਜ਼ੀਨਾਮਾ ਕੀਤਾ ਜਾ ਸਕਦਾ ਉਹਨੂੰ ਰਾਜ਼ੀਨਾਮਾ ਕਰਨ ਤੋਂ ਬਾਅਦ ਉਹਨੂੰ ਰੈਗੂਲਰ ਕਰ ਦਿੱਤਾ ਜਾਊਗਾ। ਇਹ ਕੱਲ੍ਹ ਸਾਡਾ ਸੀ ਐੱਮ ਸਾਹਿਬ ਮੀਟਿੰਗ ਹੋਈ ਸੀ, ਉਹਨਾਂ ਨੇ ਸਾਡੀਆਂ ਇਹ ਡਿਮਾਂਡਾਂ ਮੰਗਣੀਆਂ। ਤਨਖਾਹ ਦੀ ਅਜੇ ਗੱਲ ਪੈਂਡਿੰਗ ਹੈ, ਉਹਦੇ ਵਾਸਤੇ ਅੱਜ ਜਾਂ ਮੈਂ ਚੰਡੀਗੜ੍ਹ ਜਾਣ ਬੁਲਾਉਣਗੇ ਮੈਂ ਜਾਊਂਗਾ, ਜਾਂ ਮੈਂ ਸੋਮਵਾਰ ਜਾਂ ਮੰਗਲ ਆਪ ਜਾ ਕੇ ਫਿਰ ਤਨਖਾਹ ਦਾ ਵੀ ਪ੍ਰਬੰਧ। ਅਕਸਰ ਜਿਹੜੇ 9 ਬੰਦੇ ਜਿਹੜੇ ਕਹਿੰਦੇ ਬਹਾਲ ਕਰਨ, ਉਹਦਾ ਕੀ ਹੱਲ ਨਿਕਲੇਗਾ? ਨਹੀਂ, ਬਹਾਲ ਕਰਨ ਦੀ ਪ੍ਰਕਿਰਿਆ ਇੱਦਾਂ ਨਹੀਂ ਆ, ਬਹਾਲ ਕਰਨ ਦਾ ਸਿਸਟਮ ਹੁੰਦਾ ਹੈ, ਅਨਕੰਡੀਸ਼ਨ ਬਹਾਲ ਨਹੀਂ ਹੁੰਦਾ। ਜਿਹੜੀ ਉਹ ਇਹਨਾਂ ਨੇ ਇਨਵੈਸਟਿੰਗ ਕਰਨੀ ਇੰਟਰਨਲ ਲੈਵਲ 'ਤੇ, ਉਹ ਇਨਵੈਸਟਿੰਗ ਕਰਨ ਤੋਂ ਬਾਅਦ ਬਹਾਲ ਹੋ ਜਾਣਗੇ। ਹਲੇ ਤਾਂ ਪਹਿਲਾਂ ਸਾਡੀ ਅਸੀਂ ਉਹ ਰੱਖੇ ਜਿਹੜੇ ਹੁਣ ਸਾਡੇ ਚੰਦਨਮੁਲੀ ਗਰੁੱਪ ਵਿੱਚ ਪਿੱਛੇ ਰੱਖਿਆ ਹੁੰਦਾ ਗਰੁੱਪ, ਪਹਿਲੇ ਖਿਲਾਫ ਚੱਲਦੇ ਸੀ। ਆਹ ਨਾਲੇ ਲਾਤੇ ਚਾਰ ਵੀ ਠੀਕ ਆ, ਅਸੀਂ ਉਹਨਾਂ ਨੂੰ ਅੰਦਰ ਬੈਠੇ ਆਵਾਜ਼ ਸੁਣੇ, ਪਤਾ ਸਭ ਕੁਝ ਉਹਨਾਂ ਨੂੰ ਵੀ ਕੌਣ ਕੀ ਕਰ ਸਕਦੇ ਨੇ, ਇਹਨਾਂ ਸਭ ਕੁਝ ਪਤਾ। ਪਰ ਪਤਾ ਕੀ, ਹੁਣ ਇਹਨਾਂ ਨੇ ਕਹਿਣਾ ਯਾਰ ਕੰਮ ਨਾ ਰੁਕ ਜੇ ਮੇਰਾ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।